ਰਵਿਦਾਸੀਆ ਕੌਮ ਦੇ ਧਰਮ ਗੁਰੂ ਅਤੇ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਨ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਡੇਰਾ ਸੱਚਖੰਡ ਬੱਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਕੀਰਤਨੀ ਜਥਿਆਂ ਸੰਤਾਂ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਨਾਮ ਨਾਲ ਜੋੜਿਆ ਗਿਆ। ਇਸ ਮੌਕੇ ਸੰਤ ਮਨਦੀਪ ਦਾਸ ਜੀ, ਦਵਿੰਦਰ ਦਾਸ ਜੀ, ਹਰਦੇਵ ਜੀ, ਕਰਮ ਦਾਸ ਤੇ ਰਵੀ ਸ਼ੰਕਰ ਅੰਬਾਲਾ ਵਾਲਿਆਂ ਨੇ ਡੇਰਾ ਸੱਚਖੰਡ ਬੱਲਾਂ ਵਾਲੇ ਮਹਾਂਪੁਰਸ਼ਾਂ ਦੇ ਕੀਤੇ ਉਪਕਾਰਾਂ ਤੋਂ ਕੌਮ ਨੂੰ ਜਾਣੂ ਕਰਵਾਇਆ। ਸਾਰਿਆਂ ਨੇ ਮਹਾਂਪੁਰਸ਼ਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੜਕਤਾ ਤੋਂ ਹੀ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਕੇਕ ਤੇ ਗਿਫਟ ਲੈ ਕੇ ਸੰਤਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਕਤਾਰਾਂ ਵਿੱਚ ਲੱਗੀਆਂ ਹੋਈਆਂ ਸਨ। ਸਾਹਿਬ ਸੱਚਾ ਬਿਆਨ ਤਨ ਸਤਿਗੁਰ ਤਾਂ ਕਹਿ ਰਵਦਾਂ ਪੁਕਾਰ ਕੇ ਸਿੱਧ ਪਈ ਸਭ ਕਾਮ ਸਤਿਗੁਰ ਉੱਚਾ ਤਬੜਾ ਸਤਿ ਉੱਚਾ ਬੜਨਾਉ ਨਾਮ ਨਿਰੰਜਨ ਗੁਰ ਸਦਾ ਮਨ ਮਾਨਾ ਪਲ ਪਾਉ ਕਿਤਨੇ ਹੀ ਜੋਧੇ ਪੈ ਸੂਰਿ ਅਪਾਰ ਸੋਹੰਗ ਨਾਮ ਕਾ ਮੇਲੋ ਨਾਕਾ ਬਣਿਆ ਦਾਰ ਤੇ ਨਰ ਦੋਜਕ ਜਾਹੇਂਗੇ ਸਤ ਪਾਖੈ ਰਵਦਾਸ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਹੈ ਅਨੰਤਾ ਪਤਤ ਪਾਵਨ ਨਾਮ ਕੈਸੇ ਹੁਣ ਤਾ ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਅਰਾਧੈ ਮੁਕੋ ਵਿਚਾਰ ਦੇਹੁ ਰਵਿਦਾਸ ਸਮਦਲ ਸਮਝਾਵੈ ਕੋ ਜਪੋ ਜੀ ਸਤਨਾਮ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇਵ ਦੂਧ ਪਿਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਜਪੋ ਜੀ ਸਤਨਾਮ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵ ਨਿਧ ਕਰ ਤਲ ਤਾ ਕੇ ਹਰ ਹਰ ਹਰਨਾ ਜਪ ਹੈ ਰਸਨਾ ਅਵਰ ਸਭ ਤਿਆਗ ਵਚਨ ਰਚਨਾ ਰਹਾਉ ਧੰਨ ਧੰਨ ਸਤਿਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਸਰਬਨ ਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਹਰੀਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਗਰੀਬਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਆਦਰਨੀ ਸਤਿਕਾਰਯੋਗ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਰਵਿਦਾਸੀਆ ਕੌਮ ਦੇ ਅਮਰਤ ਸ਼ਹੀਦ ਸ਼੍ਰੀ 108 ਸੰਤ ਰਾਮਾਨੰਦ ਜੀ ਮਹਾਰਾਜ ਸਭ ਗੁਰੂ ਮਹਾਂਪੁਰਸ਼ਾਂ ਦੇ ਚਰਨ ਕਮਲਾਂ ਅਤੇ ਸਿਮਰਨ ਸੇਵਾ ਦੀ ਕਮਾਈ ਵੱਲ ਧਿਆਨ ਧਰ ਕੇ ਜਪੋ ਜੀ ਸਤਨਾਮ
ਸ੍ਰੀ ਸਰਵਨ ਦਾਸ ਮਹਾਰਾਜ ਕੀ। ਆਦਰਣੀਏ ਗੁਰੂ ਪਿਆਰੀ ਸਤਿ ਸੰਗਤ ਜੀ, ਡੇਰਾ ਸ੍ਰੀ 108 ਸੋ ਸਰਵਨ ਦਾਸ ਜੀ ਸੱਚਖੰਡ ਬੱਲਾ, ਡੇਰੇ ਦੇ ਸੰਚਾਲਕ ਪਰ ਪੂਜਨੀਏ ਗੁਰਦੇਵ ਹਜ਼ੂਰ ਮਹਾਰਾਜ ਸਤਿਗੁਰ ਸਵਾਮੀ ਰੰਜਨ ਦਾਸ ਮਹਾਰਾਜ ਜੀ ਦਾ ਅੱਜ 82ਵਾਂ ਜਨਮ ਦਿਨ ਡੇਰਾ ਸੱਚਖੰਡ ਬੱਲਾ ਵਿਖੇ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਮੈਂ ਸੰਗਤਾਂ ਦੇ ਚਰਨਾਂ ਦੇ ਵਿੱਚ ਨਿਵੇਦਨ ਕਰਾਂਗਾ, ਬੇਨਤੀ ਕਰਾਂਗਾ, ਲਾਈਨ ਦੇ ਵਿੱਚ ਲੱਗ ਕੇ ਵਾਰੀ ਵਾਰੀ ਸਾਰੇ ਮਹਾਰਾਜ ਜੀ ਦੇ ਦਰਸ਼ਨ ਕਰੋ, ਕਿਉਂਕਿ ਬਹੁਤ ਦੂਰ ਦਰੇਡਿਆਂ ਤੋਂ ਸੰਗਤਾਂ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਮਹਾਂਪੁਰਸ਼ਾਂ ਦੇ ਚਰਨਾਂ ਕਮਲਾਂ ਦੇ ਵਿੱਚ ਪਹੁੰਚੀਆਂ ਨੇ। ਡਿਸਿਪਲਨ ਦੇ ਨਾਲ ਜਿਸ ਤਰ੍ਹਾਂ ਸੇਵਾਦਾਰ ਕਹਿੰਦੇ ਨੇ, ਉਸੇ ਤਰ੍ਹਾਂ ਸੇਵਾਦਾਰਾਂ ਦਾ ਕਹਿਣਾ ਮੰਨ ਕੇ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਆਓ। ਜੈ ਗੁਰਦੇਵ, ਧੰਨ ਗੁਰਦੇਵ। ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਕਹਿਦੀ ਇੱਕ ਦੀਵਾਨਾ ਜਿਹਾ ਜਗ ਤੋਂ ਬੇਗਾਨਾ ਜਿਹਾ, ਕਰਦਾ ਹੈ ਯਾਦ ਸੁਬਾ ਸ਼ਾਮ। ਕਹਿਦੀ ਇੱਕ ਦੀਵਾਨਾ ਜਿਹਾ ਜਗ ਤੋਂ ਬੇਗਾਨਾ ਜਿਹਾ, ਕਰਦਾ ਹੈ ਯਾਦ ਸੁਬਾ ਸ਼ਾਮ। ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਹੋ ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਜਿੱਥੋਂ ਪੁੱਟਿਆ ਮੇਰੇ ਗੁਰੂ ਦੀ, ਉੱਥੋਂ ਹਵਾ ਵੀ ਆਦਤ ਨਾਲ ਲੰਘਦੀ। ਅੱਜ ਬੱਲਾ ਲਾਰੀ ਬੈਠਾ ਬੱਲਾਂ ਵਿੱਚ, ਜਿਹਨੇ ਨਾਮ ਵਿੱਚ ਦੁਨੀਆ ਰੰਗਦੀ। ਅੱਜ ਬੱਲਾ ਲਾਰੀ ਬੈਠਾ ਬੱਲਾਂ ਵਿੱਚ, ਜਿਹਨੇ ਨਾਮ ਵਿੱਚ ਦੁਨੀਆ। ਗੁਰੂ ਪ੍ਰੇਮੀਓ ਲਲਾਰੀ ਹੋਤੇ ਹੈ, ਬਾਜ਼ਾਰ ਮੇ ਜਾਓ ਕੱਪੜੇ ਰੰਗਤੇ ਹੈ। ਏਕ ਲਲਾਰੀ ਤੇਰਾ ਸੱਚਖੰਡ ਬੱਲਾ ਮੇ ਬੈਠਾ ਹੈ, ਸਤਿਗੁਰੂ ਰੰਜਨ ਦਾਸ ਮਹਾਰਾਜ ਜੀ ਕੇ ਨਾਮ ਕਾ ਜੋ ਲੋਗੋ ਕੀ ਰੂਹੋ ਕੋ ਰੰਗਤਾ ਹੈ। ਗਜ ਕੇ ਆਖੋ ਜੈ ਗੁਰੂ, ਜਿਸਨੇ ਆਪਣਾ ਮੀਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਬੱਲਾਂ ਵੱਲ ਜਾਂਦੀ ਏ ਹਵਾਏ ਨੀ, ਕਹਿਦੀ ਮੇਰੇ ਗੁਰੂ ਨੂੰ ਸਲਾਮ। ਮੈਰ ਕੰਡੇ ਰਹਿੰਦਾ ਮੇਰਾ ਸਤਿਗੁਰ, ਸਬਾਹ ਡੂੰਘੇ ਸਾਗਰਾਂ ਦਾ ਰੱਖਦਾ। ਮੈਰ ਕੰਡੇ ਰਹਿੰਦਾ ਮੇਰਾ ਸਤਿਗੁਰ, ਕਿਹੜਾ ਦੁਨੀਆ ਦਾ ਮਾਲਕ ਕਹਾਵੇ, ਬੰਦਨਾ ਮੈਂ ਉਸ ਨੂੰ ਕਰਾਂ। ਜਿਹੜਾ ਦੁਨੀਆ ਦਾ ਮਾਲਕ ਕਹਾਵੇ, ਬੰਦਨਾ ਮੈਂ ਉਸ ਨੂੰ ਕਰਾਂ। ਦੁਨੀਆ ਦਾ ਮਾਲਕ ਕਹਾਵੇ, ਬੰਦਨਾ
ਇਹਦਾ ਭੇਤ ਕੋਈ ਨਾ ਪਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਲੱਖਾਂ ਰਿਸ਼ੀ ਮੁਨੀ ਬੈਠੇ ਲੋਚਦੇ ਦੀਦਾਰ ਨੂੰ ਕਦੋਂ ਪ੍ਰਭੂ ਆਉਣਾ ਸਾਡਾ ਕਰਨ ਉਧਾਰ ਨੂੰ ਲੱਖਾਂ ਰਿਸ਼ੀ ਮੁਨੀ ਬੈਠੇ ਲੋਚਦੇ ਦੀਦਾਰ ਨੂੰ ਕਦੋਂ ਪ੍ਰਭੂ ਆਉਣਾ ਸਾਡਾ ਕਰਨ ਉਧਾਰ ਨੂੰ ਕਹਿੰਦੇ ਜੁਗਾਂ ਤੱਕ ਧਿਆਨ ਲਗਾਏ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਵਿੱਚ ਵੀ ਨਿਆਰਾ ਵੀ ਦੋਨੋਂ ਪਾਸੇ ਵੱਸਦਾ ਕੋਈ ਉਹਨੂੰ ਦੂਰ ਕਹੇ ਕੋਈ ਨੇੜੇ ਦੱਸਦਾ ਵਿੱਚ ਵੀ ਨਿਆਰਾ ਵੀ ਦੋਨੋਂ ਪਾਸੇ ਵੱਸਦਾ ਕੋਈ ਉਹਨੂੰ ਦੂਰ ਕਹੇ ਕੋਈ ਨੇੜੇ ਦੱਸਦਾ ਜਿਹੜਾ ਇੱਕ ਤੋਂ ਅਨੇਕ ਹੋ ਜਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਲਾਂ ਵਿੱਚ ਥਲਾਂ ਵਿੱਚ ਜੀਵਾ ਤਾਈਂ ਪਾਲਦਾ ਕਿਸੇ ਨਾ ਸਮਝ ਆਵੇ ਅਨੋਖੀ ਉਹਦੀ ਚਾਲਦਾ ਜਲਾਂ ਵਿੱਚ ਥਲਾਂ ਵਿੱਚ ਜੀਵਾ ਤਾਈਂ ਪਾਲਦਾ ਕਿਸੇ ਨਾ ਸਮਝ ਆਵੇ ਅਨੋਖੀ ਉਹਦੀ ਚਾਲਦਾ ਰੀਤਮ ਬੜਾ ਹੀ ਬੇਅੰਤ ਉਹ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਜਿਹੜਾ ਦੁਨੀਆ ਦਾ ਮਾਲਕ ਕਹਾਵੇ ਬੰਦਨਾ ਮੈਂ ਉਸ ਨੂੰ ਕਰਾਂ ਗੁਰੂ ਗੁਰੂ ਪਿਆਰੇ ਸਾਹਿਬ ਜੀ
ਬੜੇ ਭਾਈ ਬੜੇ ਆ ਗਿਆ ਇਸ ਦਰਬਾਰ ਦੇ ਬਾਣੀ ਵੀਰਤ ਦਰਸ਼ੀ ਤੱਕ ਦੇਤਾ ਵੇਟ ਕਰੀ ਸਤਿ ਪਾਤਸ਼ਾਹ ਸਤਿ ਸਵਾਮੀ ਸਰਬੰਦਾਸ ਮਹਾਰਾਜ ਜੀ ਦੇ ਕਾਵਤ ਇਸ ਦਰਬਾਰ ਦੇ ਸਤਿ ਜਗਜੀਤ ਜੀ ਵਾਹਿਗੁਰੂ ਵਾਹਿਗੁਰੂ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀ ਚਿਰ ਭਇਉ ਦਰਸ਼ਨ ਦੇਖੇ ਡੰਡੋਤ ਬੰਦਨੇ ਅਨਕ ਵਾਰ ਡੰਡੋਤ ਬੰਦਨੇ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ ਬੈਮ ਖੁਦੀ ਨੂੰ ਦਿਲੋਂ ਗਵਾ ਲੈ ਸੱਚਿਆਂ ਗੁਰਾਂ ਦੇ ਦਰਸ਼ਨ ਪਾ ਲੈ ਬੈਮ ਖੁਦੀ ਨੂੰ ਦਿਲੋਂ ਗਵਾ ਲੈ ਸੱਚਿਆਂ ਗੁਰਾਂ ਦੇ ਦਰਸ਼ਨ ਪਾ ਲੈ ਸੱਚਿਆਂ ਗੁਰਾਂ ਦੇ ਦਰਸ਼ਨ ਪਾ ਲੈ ਜੇ ਤੂੰ ਪਾਪ ਬਖਸ਼ਾਉਣੇ ਸਭ ਨਹੀਂ ਭੁੱਲ ਜਾਈ ਨਾ ਜੋਗਣੇ ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ ਜੋ ਸਤਿਗੁਰ ਨਾਲ ਅੱਖੀਆਂ ਮੇਲੇ ਉਹ ਨਿਸ਼ਿਆਉਂਦੇ ਨੇ ਹਰ ਵੇਲੇ ਜੋ ਸਤਿਗੁਰ ਨਾਲ ਅੱਖੀਆਂ ਮੇਲੇ ਉਹ ਨਿਸ਼ਿਆਉਂਦੇ ਨੇ ਹਰ ਵੇਲੇ ਉਹ ਨਿਸ਼ਿਆਉਂਦੇ ਨੇ ਹਰ ਵੇਲੇ ਫੇਰ ਲੱਗਦੇ ਨਾ ਧਰਤੀ ਤੇ ਪੱਬ ਨਹੀਂ ਭੁੱਲ ਜਾਈ ਨਾ ਜੋਗਣੇ ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ
ਮੁਖੜਾ ਗੁਰਾਂ ਦਾ ਕਾਬਾ ਜਾਣੀ, ਜਿਸਨੇ ਗੁਰਾਂ ਦੀ ਰਮਜ ਪਛਾਣੀ। ਮੁਖੜਾ ਗੁਰਾਂ ਦਾ ਕਾਬਾ ਜਾਣੀ, ਜਿਸਨੇ ਗੁਰਾਂ ਦੀ ਰਮਜ ਪਛਾਣੀ, ਜਿਸਨੇ ਗੁਰਾਂ ਦੀ ਰਮਜ ਪਛਾਣੀ। ਘਰ ਬੈਠਿਆ ਉਹਨਾਂ ਦਾ ਹਜ ਨਹੀਂ ਭੁੱਲ ਜਾਈ ਨਾ ਜੋਗਣੇ, ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ, ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ। ਅੰਤ ਵੇਲੇ ਜਮ ਪਾਸ ਨਾ ਆਵੇ, ਗੁਰਾਂ ਦਾ ਸੇਵਕ ਹੱਸਦਾ ਜਾਵੇ। ਅੰਤ ਵੇਲੇ ਜਮ ਪਾਸ ਨਾ ਆਵੇ, ਗੁਰਾਂ ਦਾ ਸੇਵਕ ਹੱਸਦਾ ਜਾਵੇ, ਗੁਰਾਂ ਦਾ ਸੇਵਕ ਹੱਸਦਾ ਜਾਵੇ। ਜਿੰਦੇ ਗੁਰਾਂ ਦਾ ਸੁਹਾਰਾ ਲੱਭ ਨਹੀਂ ਭੁੱਲ ਜਾਈ ਨਾ ਜੋਗਣੇ, ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ, ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ, ਗੁਰਾਂ ਦੀ ਸੂਰਤ ਰੱਬ ਨਹੀਂ ਭੁੱਲ ਜਾਈ ਨਾ ਜੋਗਣੇ। ਵੇਟ 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 ਬਸ ਜੋ ਬਲੇ ਸੋ ਨਿਰਪੈ ਸਵਾਮੀ ਰਣਦਾਸ ਮਹਾਰਾਜ। ਉਸਤਾਦ ਜੀ ਦੀ ਆ ਭਾਜੀ ਭਾਈ ਭਾਈ ਸਿੱਧੇ 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 ਅਸੀਂ ਪਾਗਾਂ ਵਾਲੇ, ਹਾਂਜੀ ਪਾਗਾਂ ਵਾਲੇ, ਅਸੀਂ ਪਾਗਾਂ ਵਾਲੇ ਹੋ ਗਏ ਵੱਡ ਪਾਗੇ, ਸਾਧੂਆਂ ਦਾ ਸੰਗ ਕਰਕੇ ਸੁੱਤੇ ਸਾਡੇ ਜਾਗੇ, ਸਾਧੂਆਂ ਦਾ ਸੰਗ ਕਰਕੇ ਅਸੀਂ ਪਾਗਾਂ ਵਾਲੇ ਹੋ ਗਏ ਵੱਡ ਪਾਗੇ, ਸਾਧੂਆਂ ਦਾ ਸੰਗ ਕਰਕੇ ਅਸੀਂ ਜਨਮ ਤੁਮਾਰੇ ਲੇਖੇ ਮਾਧੋ, ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ ਮਾਧੋ, ਜਨਮ ਤੁਮਾਰੇ ਲੇਖੇ। ਇਹ ਜਨਮ ਤੁਮਾਰੇ ਲੇਖੇ ਮਾਧੋ, ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ ਮਾਧੋ, ਜਨਮ ਤੁਮਾਰੇ ਲੇਖੇ।
ਜਨਮ ਵਿਛੜੇ ਲੇਖੇ ਜਨਮ ਤੁਮਾਰੇ ਲੇਖੇ ਮਾਦੋ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਜਨਮ ਤੁਮਾਰੇ ਲੇਖੇ ਮਾਦੋ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਮਾਦੋ ਅਸੀਂ ਪਾਗਾਂ ਵਾਲੇ ਹਾਂਜੀ ਪਾਗਾਂ ਵਾਲੇ ਅਸੀਂ ਪਾਗਾਂ ਵਾਲੇ ਹੋ ਗਏ ਵੱਡ ਪਾਗੇ ਸਾਧੂਆਂ ਦਾ ਸੰਗ ਕਰਕੇ ਸੁੱਤੇ ਪਏ ਨੇ ਨਸੀਬ ਸਾਡੇ ਜਾਗੇ ਸਾਧੂਆਂ ਦਾ ਸੰਗ ਕਰਕੇ ਅਸੀਂ ਪਾਗਾਂ ਵਾਲੇ ਹੋ ਗਏ ਵੱਡ ਪਾਗੇ ਸਾਧੂਆਂ ਦਾ ਸੰਗ ਕਰਕੇ ਅਸੀਂ ਪਾਗਾਂ ਵਾਲੇ ਹੋ ਗਏ ਵੱਡ ਪਾਗੇ ਸਾਧੂਆਂ ਦਾ ਸੰਗ ਕਰਕੇ ਸੰਤ ਨਿਰੰਜਣ ਦਾਸ ਜੀ ਰੂਪ ਹੈ ਰੱਬ ਦਾ ਸੱਚਖੰਡ ਬੱਲਾ ਵਸੇ ਵਾਲੀ ਸਾਰੇ ਜੱਗ ਦਾ ਅਸੀਂ ਬਣ ਗਏ ਹਾਂਜੀ ਬਣ ਗਏ ਅਸੀਂ ਬਣ ਗਏ ਰੰਗ ਤੋਂ ਰਾਜੇ ਸਾਧੂਆਂ ਦਾ ਸੰਗ ਕਰਕੇ ਅਸੀਂ ਪਾਗਾਂ ਵਾਲੇ ਸਾਧੂਆਂ ਦਾ ਸੰਗ ਕਰਕੇ ਮਿਲੀਆਂ ਸਭ ਵੀ ਸਤ ਸੰਗ ਦੀਆਂ ਕੜੀਆਂ ਡੇਰੇ ਦੇ ਜਿੰਨੇ ਵੀ ਸੇਵਾਦਾਰ ਮਹਾਰਾਜ ਜੀ ਦੇ ਨਿਕਟ ਵਰਤੀ ਸੇਵਾਦਾਰ ਸੇਵਾਵਾਂ ਕਰਦੇ ਨੇ ਸਾਰੇ ਸੇਵਾਦਾਰਾਂ ਨੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਕੇਕ ਪ੍ਰਸ਼ਾਦ ਲੈ ਕੇ ਆਉਂਦਾ ਅਰਦਾਸ ਬੇਨਤੀ ਕੀਤੀ ਗਈ ਆਓ ਸਾਰੀਆਂ ਸੰਗਤਾਂ 'ਚ ਗੁਰੂ ਸਾਹਿਬ ਦਾ ਜਨਮ ਦਿਨ ਹੈ ਸਤਿਗੁਰਾਂ ਦੇ ਚਰਨਾਂ ਕਮਲਾਂ ਪਾਸ ਗੁਰੂ ਰਵਿਦਾਸ ਜੀ ਮਹਾਰਾਜ ਦੇ ਚਰਨਾਂ ਕਮਲਾਂ ਪਾਸ ਗੁਰੂ ਸਵਾਮੀ ਸਰਵਨ ਦਾਸ ਮਹਾਰਾਜ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀਆਂ ਕਰੀਏ ਕਿ ਸਾਡੇ ਗੁਰੂਆਂ ਨੂੰ ਲੰਬੀਆਂ ਉਮਰਾਂ ਬਖਸ਼ਿਸ਼ ਕਰਨ ਸਾਡੀਆਂ ਉਮਰਾਂ ਵੀ ਸਾਡੇ ਗੁਰੂਆਂ ਨੂੰ ਲੱਗ ਜਾਣ ਤਾਂ ਜੋ ਮਹਾਰਾਜ ਜੀ ਇਸੇ ਤਰ੍ਹਾਂ ਕੁੱਲ ਲੋਕਾਈ ਦਾ ਉਧਾਰ ਕਰਦੇ ਰਹਿਣ ਸਾਡੇ ਵਰਗੇ ਡੁੱਬੇ ਹੋਏ ਲੋਕਾਂ ਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਇਸ ਭਵ ਜਲ ਤੋਂ ਪਾਰ ਕਰਦੇ ਰਹਿਣ ਆਓ ਸਤਿਗੁਰ ਦੀ ਬਾਣੀ ਦਾ ਕਥਨ ਹੈ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਸਤਿਗੁਰੂ ਜੀ ਕਹਿੰਦੇ ਹੋ ਕਰਹਿ ਆਨ ਕੀ ਆਸ ਤੇ ਨਰਦੋ ਜਗ ਜਾਹਿੰਗੇ ਸਤ ਭਾਖੇ ਰਵਿਦਾਸ ਬਾ ਪਿੱਪਲ ਦਾਸ ਗੁਰ ਸਰਵਨ ਦਾਸ ਹਰੀਦਾਸ ਗੁਰਜੋਏ
ਸੋ ਹਮਰੀ ਰੱਖਿਆ ਕਰੇ। ਬਿਘਨ ਨਾ ਲਾਗੇ ਕੋਏ ਧੰਨ ਧੰਨ ਸਤਿਗੁਰੂ ਗਰੀਬਦਾਸ ਬੰਦੋ ਨਿਤ ਸੁਭਾਸ਼ਾ ਚਰਨ ਕਵਲ ਕੋ ਡੰਡਵਤ ਕੋਟ ਕੋਟ ਪ੍ਰਣਾਮ। ਆਦਰਣੀਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਦੀ ਮਹਾਨ ਪਾਵਨ ਪਵਿੱਤਰ ਤੀਰਥ ਸਥਾਨ ਧੰਨ ਧੰਨ ਸ਼੍ਰੀ ਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਸਰਵਨ ਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਹਰੀਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਗਰੀਬਦਾਸ ਜੀ ਮਹਾਰਾਜ ਗੁਰਗੱਦੀ ਪਰ ਬਿਰਾਜਮਾਨ ਆਦਰਣੀਏ ਸਤਿਕਾਰਯੋਗ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਸ਼੍ਰੀ ਮਾਨਿਕਸਵਰ ਸੰਤ ਰਾਮਾਨੰਦ ਜੀ ਮਹਾਰਾਜ ਸਭ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਕੋਟ ਕੋਟ ਨਮਸਕਾਰ ਨਮਸਕਾਰ ਨਮਸਕਾਰ। ਆਦਰਣੀਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇਸ਼ ਏਵਮ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਦੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਰਵਿਦਾਸੀਆ ਧਰਮ ਦੇ ਧਰਮ ਗੁਰੂ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਜਨਮ ਦਿਨ ਡੇਰਾ ਸ਼੍ਰੀ 108 ਸੰਤ ਸਰਵਨ ਦਾਸ ਜੀ ਸੱਚਖੰਡ ਬੱਲਾਂ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਤੋ ਗੁਰੂ ਪਿਆਰੀ ਸਾਧ ਸੰਗਤ ਜੀ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਮੁਬਾਰਕਬਾਦ ਹੋਵੇ। ਸਤਿਗੁਰ ਜੀ ਇਸੇ ਤਰ੍ਹਾਂ ਸਮੁੱਚੀ ਰਵਿਦਾਸੀਆ ਕੌਮ 'ਤੇ ਆਪ ਆਪਣੀ ਕਿਰਪਾ ਆਪ ਆਪਣਾ ਆਸ਼ੀਰਵਾਦ ਬਣਾਈ ਰੱਖਣ ਔਰ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦਾ ਜੋ ਧਰਮ ਦਾ ਰਵਿਦਾਸੀਆ ਧਰਮ ਦਾ ਝੰਡਾ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਪੂਰੀ ਦੁਨੀਆਂ ਦੇ ਵਿੱਚ ਲੈ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਪ੍ਰਚਾਰ ਏਵਮ ਪ੍ਰਸਾਰ ਕਰ ਰਹੇ ਨੇ। ਸਤਿਗੁਰਾਂ ਨੂੰ ਏਵਮ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਾਸ ਗੁਰਾਂ ਦੇ ਅੱਜ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹੈ ਮੁਬਾਰਕਬਾਦ ਦਿੰਦਾ ਹੈ ਜੀ। ਜੈ ਗੁਰਦੇਵ ਧੰਨ ਗੁਰਦੇਵ ਸਤਨਾਮ ਬੋਲੇ ਸੋ ਨਿਰਭੈ ਸ਼ੁਗ ਰਵਿਦਾਸ ਬੋਲੇ ਸੋ ਨਿਰਭੈ ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਬੋਲੇ ਸੋ ਨਿਰਭੈ ਅਮਰ ਸ਼੍ਰੀ ਸੰਤ ਰਾਮਾਨੰਦ ਮਹਾਰਾਜ ਸਾਰੇ ਭੇਖ ਭਗਵਾਨ ਕੀ ਜੈ। ਅੰਮ੍ਰਿਤ ਬਾਣੀ ਦਾ ਪ੍ਰੋਗਰਾਮ ਕਰਦੇ ਆ ਗੁਰੂ ਮਹਾਰਾਜ ਦਾ ਹੁਕਮ ਮੰਨਦੇ ਆ ਅਗਰ ਅਸੀਂ ਨਾਮਦਾਨ ਦੀ ਦਾਤ ਬਖਸ਼ਿਸ਼ ਕੀਤੀ ਆ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਗੁਰੂ ਵਾਲੇ ਬਣੇ ਤੇ ਗੁਰੂ ਦੀ ਗੱਲ ਵੀ ਬਣੀਏ। ਕਾਸ਼ੀ ਬਨਾਸ ਦੀ ਧਰਤੀ ਦੇ ਉੱਤੇ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਹੈ ਕਿ ਅਸੀਂ ਆਪਣੇ ਗੁਰੂ ਘਰਾਂ ਵਿੱਚ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਕਰਨ ਦੇ ਲਈ ਕਾਮਯਾਬ ਹੋਏ ਆ ਸਾਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਆ। ਸੋ ਅੱਜ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਦੇ ਜਨਮ ਦਿਨ ਦੇ ਉੱਤੇ ਸਾਨੂੰ ਇਹ ਤਹੱਈਆ ਕਰਕੇ ਜਾਣਾ ਹੋਵੇਗਾ ਕਿ ਇਹ ਮਹਾਰਾਜ ਜੀ ਆਪ ਜੀ ਦਾ ਓਟ ਆਸਰਾ ਲੈ ਕੇ ਜਿੰਨੇ ਵੀ ਸਾਡੇ ਘਰਾਂ ਦੇ ਕਾਰਜ ਹੋਣਗੇ ਅਸੀਂ ਅੰਮ੍ਰਿਤ ਬਾਣੀ ਨਾਲ ਕਰਾਂਗੇ ਔਰ ਜਿੰਨੇ ਸਾਡੇ ਜਿਹੜੇ ਸਾਡੇ ਬੱਚੇ ਆ ਅਸੀਂ ਉਹਨਾਂ ਨੂੰ ਵੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਜੋੜਾਂਗੇ। ਤਾਂਹੀਓ ਅਸੀਂ ਖੁਸ਼ੀਆਂ ਦੇ ਨਾਲ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜਨਮ ਦਿਹਾੜਾ ਮਨਾਉਂਦੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਸੋ ਆਓ ਸੰਗਤ ਜੀ ਸਾਰੀ ਸੰਗਤ ਨੂੰ ਇੱਕ ਵਾਰ ਫਿਰ ਸਮੁੱਚੇ ਰਵਿਦਾਸੀਆ ਸਮਾਜ ਵੱਲੋਂ ਲੱਖ ਲੱਖ ਵਧਾਈ ਔਰ ਆਸ ਕਰਦਾ ਕਿ ਤੁਸੀਂ ਸਾਰੇ ਅੰਮ੍ਰਿਤ ਬਾਣੀ ਦੇ ਨਾਲ ਲੱਗ ਕੇ ਆਪਣੇ ਕਾਰਜ ਕਰੋਗੇ। ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ।